ਲੜਾਈ ਲੜਾਈ ਤਾਂ ਹਜੇ ਵੀ ਸੈਂਟਰ ਨਾਲ ਹੀ ਹੈ। ਤੇ ਭਗਵੰਤ ਮਾਨ ਜੀ, ਜੇ ਸੈਂਟਰ ਨਾਲ ਲੜਨ ਦੀ ਲੋੜ ਪੈਣੀ ਤੇ ਆਹ ਕੀ ਕਰਦੇ ਹੋ ਤੁਸੀਂ? ਇਹਨੂੰ ਟੌਟੀ ਕਹਿੰਦੇ ਆ, ਇਹਨੂੰ ਦਲਾਲੀ ਕਹਿੰਦੇ ਆ। ਸੂਰਜਮੁਖੀ ਹੈ ਚਾਹੇ ਮੱਕੀ ਹੈ ਚਾਹੇ ਕਣਕ ਹੈ ਚਾਹੇ ਝੋਨਾ ਹੈ, ਜਿਹੜੀ ਫਸਲ ਇੱਕ ਵਾਰ ਮੰਡੀ 'ਚ ਆ ਗਈ ਉਹ ਸਰਕਾਰ ਦੀ ਹੋਊਗੀ, ਤਾਂ ਇੱਕ ਦਾਣੇ ਦੀ ਜਵਾਬ ਸਰਕਾਰ ਹੋਊਗੀ। ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ, ਜੇ ਉਹਦੇ 'ਤੇ ਸਾਨੂੰ MSP ਦੀ ਗਰੰਟੀ ਦੇ ਦਿਓ ਤਾਂ ਅਸੀਂ ਤੁਹਾਨੂੰ ਦਾਣਾ ਪੈਦਾ ਕਰਕੇ ਦੇ ਸਕਦੇ। ਹੁਣ MSP ਤੋਂ ਤਾਂ ਭੱਜ ਹੀ ਗਿਆ, ਹੁਣ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਐਂ ਕਰ ਦਿਓ, ਤੁਸੀਂ ਐਂ ਕਰ ਦਿਓ। ਆਪ ਜਿਹੜਾ ਕਹਿੰਦਾ ਸੀ ਕਿ ਅਸੀਂ ਦੇਵਾਂਗੇ ਪੰਜਾਬ ਸਰਕਾਰ, ਜੇ ਜਿਸ ਦਿਨ ਆਮ ਆਦਮੀ ਪਾਰਟੀ ਦੀ ਬਣ ਗਈ, ਇਹ ਤਾਂ ਸਾਰੇ ਮੁੱਕਰ ਗਏ। ਅੱਜ ਗੱਡੀ ਛੱਡ ਦਿਓ, ਅਸੀਂ ਅੱਜ ਹੀ MSP ਦੇ ਰਹੇ ਹਾਂ। ਹੁਣ ਜਾਂ ਤਾਂ ਇਹ ਬੀਬੀ ਵਜ਼ੀਰ ਰਵੇ ਜਾਂ ਇਹਨੂੰ ਮਾੜੀ ਮੋਟੀ ਸ਼ਰਮ ਤਾਂ ਇਹੀ ਅਸਤੀਫਾ ਦੇਵੇ ਕਿਸਾਨਾਂ ਦੇ ਹੱਕ 'ਚ। ਭਗਵੰਤ ਤਾਂ ਟਾਊਟ ਹੈ, ਬੇਸ਼ਰਮ ਹੈ, ਉਹ ਤੋਂ ਨਹੀਂ ਮੈਂ ਆਸ ਰੱਖਦਾ। ਬੀਬੀ ਜੀ ਤਾਂ ਸੂਲਣ ਨੇ, ਇਹ ਤਾਂ ਸੂਲਾਂ ਦੇ ਪੱਕੇ ਨੇ, ਜ਼ਬਾਨ ਦੇ ਪੱਕੇ ਨੇ, ਵਹਿਦੇ ਦੇ ਪੱਕੇ ਨੇ। ਪ੍ਰਾਇਰਟੀ ਵੇਖ ਲਓ ਜੀ ਕੀ ਹੈ। ਆਹ 21 ਤਰੀਕ ਦਾ ਇਸ਼ਤਿਹਾਰ ਹੈ ਔਰ 21 ਤਰੀਕ ਦਾ ਇਸ਼ਤਿਹਾਰ ਹੈ ਰੰਗਲਾ ਪੰਜਾਬ ਫੈਸਟੀਵਲ ਵੈਲਕਮਸ ਯੂ 23 ਤੋਂ 29 ਫਰਵਰੀ ਅੰਮ੍ਰਿਤਸਰ। ਆ ਮੈਂ ਜੱਜ ਅਫਸਰ ਨੂੰ ਫੋਨ ਕੀਤਾ ਪੁੱਛਣ ਵਾਸਤੇ, ਕੋਈ ਮਸਲਾ ਸੀ, ਕਹਿੰਦਾ ਜੀ ਅਸੀਂ ਬਹੁਤ ਬਿਜ਼ੀ ਹਾਂ, CM ਸਾਹਿਬ ਆ ਰਹੇ ਹੈ 23 ਤਰੀਕ ਨੂੰ ਰੰਗਲਾ ਪੰਜਾਬ ਮੰਗਾਉਣ ਲਈ। ਖੂਨੀ ਪੰਜਾਬ ਤਾਂ ਅੱਗੇ ਬਣਿਆ ਪਿਆ ਤੁਹਾਡੀ ਹਰਕਤਾਂ ਕਰਕੇ। ਔਰ ਇਹ ਕਿੰਨਾ ਖਰਚਾ ਜੀ ਇਹਦੇ ਤੇ? 55 ਕਰੋੜ ਰੁਪਈਆ। ਐਗਰੀਕਲਚਰ ਮੰਤਰੀ ਸੈਰ ਸਪਾਟੇ ਤੇ, ਮੁੱਖ ਮੰਤਰੀ ਮੌਜਾਂ ਤੇ ਕਿਸਾਨ ਤੇ ਖੇਤ ਮਜ਼ਦੂਰ ਸੜਕਾਂ ਤੇ ਸੰਘਰਸ਼ ਤੇ। ਅੱਜ ਪੰਜਾਬ ਦੀ ਇਹ ਤਸਵੀਰ ਬਣੀ ਪਈ ਹੈ। ਅਗਲੀ ਮੈਂ ਤੁਹਾਨੂੰ ਆ ਵੀਡੀਓ, ਹਾਂਜੀ ਕਿਹੜਾ ਟਵੀਟ, ਆ ਟਵੀਟ ਮੈਂ ਪੜ੍ਹਾ ਦਿਆਂ ਜੀ ਕੇਜਰੀਵਾਲ ਸਾਹਿਬ ਦਾ। MSP ਤੇ ਤਾਂ ਹੁਣ ਬਦਲ ਹੀ ਗਏ ਨਾ। ਆ ਕੇਜਰੀਵਾਲ ਸਾਹਿਬ ਦਾ ਟਵੀਟ ਸੀ ਜੀ, ਇੱਥੇ ਤਰੀਕ ਲਿਖੀ ਹੈ ਜੀ 10/21/10/2020 8:12 ਤੇ ਹੈ। ਪਤਾ ਨਹੀਂ 8 ਵਜੇ ਦਾ ਇਹਨਾਂ ਨੇ ਟਾਈਮ ਚੂਜ਼ ਕੀਤਾ, ਕੱਲ੍ਹ ਵੀ 8:15 ਇਹ ਲਾਈਵ ਹੋਇਆ ਸੀ ਪਿਓ ਦਾ ਪੁੱਤ। ਰਾਜਾ ਸਾਹਿਬ, ਪੰਜਾਬ ਕੇ ਕਿਸਾਨੋ ਕੋ ਧੋਖਾ ਮਤ ਦੀਜੀਏ, ਅਗਰ ਆਪ ਕਿਸਾਨੋ ਕੀ ਅਸਲੀ ਭਲਾ ਚਾਹਤੇ ਹੈ ਤੋ ਏਕ MSP ਕਾਨੂੰਨ ਪਾਸ ਕਰੋ ਕਿ ਕੇਂਦਰ ਸਰਕਾਰ ਜਿਤਨੀ ਫਸਲ MSP ਪੇ ਨਹੀਂ ਉਠਾਏਗੀ ਵੋ ਫਸਲ ਪੰਜਾਬ ਸਰਕਾਰ MSP ਪੇ ਉਠਾਏਗੀ। ਭਾਈ ਕੇਜਰੀਵਾਲ ਸਾਹਿਬ, ਤੁਸੀਂ ਤਾਂ ਆਪ ਕਹਿੰਦੇ ਸੀ, ਫਿਰ ਭਗਵੰਤ ਮਾਨ ਕੀ ਕਹਿੰਦਾ ਸੀ ਜਾ ਕੇ? ਆ 2 ਕੁ ਵੀਡੀਓ ਸੁਣ ਲਓ, ਤੁਹਾਨੂੰ ਮਤਲਬ ਸਪਸ਼ਟ ਹੀ ਹੋਜੂ ਕਿ ਇਹ ਖੜੇ ਕਿੱਥੇ ਹੈ। ਸੁਣਾਈ ਭਾਈ, ਲੜਾਈ ਤਾਂ ਹਜੇ ਵੀ ਸੈਂਟਰ ਨਾਲ ਹੀ ਹੈ। ਸੋ ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ ਕਿ MSP ਦਾ ਜਿਹੜਾ ਬਿੱਲ ਹੈ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ? ਹੁਣ ਇਹਨਾਂ ਨੇ ਕਹਿਤਾ ਕਿ MSP ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਵੀ ਹੁੰਦੀ ਹੈ। ਪਹਿਲੀ ਗੱਲ ਤਾਂ ਸੈਂਟਰ ਜੇ MSP ਤੋਂ ਮੁੱਕਰ ਗਿਆ, ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ, ਉਹਨਾਂ ਦੀ ਮਨਸ਼ਾ ਹੈਗੀ ਹੈ, ਜੇ MSP ਤੋਂ ਮੁੱਕਰ ਗਿਆ ਫਿਰ ਘੱਟ ਵੱਧਦਾ ਕੀ ਹੈ? ਨੰਬਰ 2 ਤੇ ਜੇ ਸੈਂਟਰ ਨੇ ਕਹਿਤਾ, ਸੈਂਟਰ ਦੀ ਏਜੰਸੀਆਂ ਨੇ, ਸਾਨੂੰ ਤਾਂ ਇੰਨਾ ਚਾਹੀਦਾ ਜੀ। ਬਾਕੀ ਦੇ ਸੀ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਾ, ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ? ਉਹ ਕਿੱਥੇ ਬੀਜੂਗਾ ਕਿਸਾਨ? ਤੇ ਪੰਜਾਬ ਸਰਕਾਰ MSP ਦਾ ਬਿੱਲ ਲੈ ਕੇ ਆਵੇ। ਅੱਜ ਵੀ ਸਾਡੇ ਜਿਹੜੇ MLA ਨੇ ਇਸ ਗੱਲ ਤੇ ਵਾਕ ਆਊਟ ਕੀਤਾ ਕਿ ਪੰਜਾਬ ਸਰਕਾਰ ਗਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ
ਸਰਕਾਰੀ ਸੈਂਟਰ ਦੀਆਂ ਏਜੰਸੀਆਂ ਦੇ ਖਰੀਦਣ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਖਰੀਦ ਦੀ ਗਰੰਟੀ ਵੀ ਦੇਵੇ ਤੇ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ MSP ਲਾਗੂ ਕਰੇ ਤੇ MSP ਤੇ ਕਣਕ ਤੇ ਝੋਨਾ ਕਰਤੇ ਮਾਲਵੇ ਦੇ ਵਿੱਚ ਕਪਾਹ ਤੇ ਨਰਮਾ ਰੁੜ ਰਿਹਾ ਕੀ ਪੰਜਾਬ ਸਰਕਾਰ ਉਹਨਾਂ ਨੂੰ ਕਿਸਾਨ ਨਹੀਂ ਸਮਝਦੀ ਜਾਂ ਉਹ ਕਪਾਹ ਨਰਮਾ ਮੱਕੀ ਵਗੈਰਾ ਉਹ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਖਾਂ ਚ ਘਾਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਇਹ ਕਿ ਪਤਾ ਨਹੀਂ ਅਸੀਂ ਕੱਲ ਜਿਹੜਾ ਬਿੱਲ ਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰਾਖਾ ਪਤਾ ਨਹੀਂ ਕੀ ਟਾਈਟਲ ਦੇ ਰਹੇ ਨੇ ਜਿਹੜੇ ਕਾਂਗਰਸੀ ਨੇ ਲੱਡੂ ਬਣ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਚੁੱਲ੍ਹਿਆਂ ਚ ਅਜੇ ਵੀ ਅੱਗ ਨਹੀਂ ਮੱਚੀ ਇਹ ਲੱਡੂ ਜਿਹੜੇ ਨੇ ਸ਼ਾਇਦ ਇਹਨਾਂ ਦੇ 2022 ਵਾਲੇ ਫੁੱਟ ਰਹੇ ਨੇ ਉਹ ਗਲਤ ਫਹਿਮੀ ਚ ਨੇ ਲੜਾਈ ਸੈਂਟਰ ਨਾਲ ਲੜਨੀ ਪਊਗੀ ਵੱਡੇ ਪੱਧਰ ਤੇ ਜੇ ਇੰਨੀ ਪੰਜਾਬ ਦੇ ਰਾਖੇ ਕਹਾਉਂਦੇ ਨੇ ਕੈਪਟਨ ਸਾਹਿਬ ਤਾਂ ਫਿਰ ਰਾਸ਼ਟਰਪਤੀ ਤੋਂ ਸੈਂਟਰ ਆ ਕੇ ਲਿਆਉਣ ਫਿਰ ਉਹਨਾਂ ਨੇ ਚੱਕ ਕੇ ਬਿੱਲ ਬੜਾ ਮਾਰਨੇ ਨੇ ਜੀ ਉਹਨਾਂ ਨੂੰ ਕਹਿ ਰਹੇ ਕਿ ਤੁਹਾਡੇ ਬਿੱਲਾਂ ਦੇ ਵਿੱਚ ਅਮੈਂਡਮੈਂਟ ਕਰ ਰਹੇ ਹਾਂ ਪੰਜਾਬ ਦਾ ਐਕਟ ਥੋੜੀ ਹੈ ਕੋਈ ਇਹ ਸੋ MSP ਦਾ ਬਿੱਲ ਲੈ ਕੇ ਆਓ ਸਰਕਾਰ ਜਿਹੜੀ ਹੈ ਉਹ ਪੰਜਾਬ ਸਰਕਾਰ ਖੁਦ ਗਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ MSP ਦੇਵਾਂਗੇ ਜਿੰਨੀ ਵੀ ਫਸਲ ਬਣੀ ਲੜਾਈ ਤਾਂ ਇਹ ਹੈ ਹੁਣ ਆਪ ਜਿਹੜਾ ਕਹਿੰਦਾ ਸੀ ਪੰਜਾਬ ਸਰਕਾਰ ਖੁਦ ਗਰੰਟੀ ਦੇਵੇ ਹੁਣ ਟੌਟੀ ਤੇ ਹੋ ਗਿਆ ਕਹਿੰਦਾ ਸੈਂਟਰ ਨਾਲ ਲੜਨ ਦੀ ਲੋੜ ਪੈਣੀ ਆ ਤੇ ਭਗਵੰਤ ਮਾਨ ਜੀ ਜੇ ਸੈਂਟਰ ਨਾਲ ਲੜਨ ਦੀ ਲੋੜ ਪੈਣੀ ਤੇ ਆਹ ਕੀ ਕਰਦੇ ਹੋ ਤੁਸੀਂ ਇਹਨੂੰ ਟੌਟੀ ਕਹਿੰਦੇ ਆ ਇਹਨੂੰ ਦਲਾਲੀ ਕਹਿੰਦੇ ਆ ਕਿਸਾਨਾਂ ਨੂੰ ਮਰਵਾ ਕੇ ਖੇਤ ਮਜ਼ਦੂਰਾਂ ਨੂੰ ਮਰਵਾ ਕੇ ਜਿਹੜਾ ਕੰਮ ਫੜਿਆ ਦੂਜੀ ਮੰਤਰੀ ਜਿਹੜੀ ਹੁਣ ਇਹਨਾਂ ਦੀ ਆਲਾ ਮੰਤਰੀ ਆ MSP ਤੇ ਵਿਕੂਗੀ ਜਿਹੜੀ ਫਸਲ ਚਾਹੇ ਉਹ ਕਪਾਹ ਹੈ ਨਰਮਾ ਹੈ ਚਾਹੇ ਉਹ ਸੂਰਜਮੁਖੀ ਹੈ ਚਾਹੇ ਮੱਕੀ ਹੈ ਚਾਹੇ ਕਣਕ ਹੈ ਚਾਹੇ ਝੋਨਾ ਹੈ ਜਿਹੜੀ ਫਸਲ ਇੱਕ ਵਾਰ ਮੰਡੀ ਚ ਆ ਜਾਊ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਦਾਣੇ ਦੀ ਜ਼ਬਾਨ ਸਰਕਾਰ ਹੋਊਗੀ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਔਰ ਦੂਜੇ ਮੰਤਰੀਆਂ ਨੂੰ ਕਿਹਾ ਆ ਹੁਣ ਦੀ ਆ ਜੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ MSP ਦੀ ਗਰੰਟੀ ਦੇ ਦਿਓ ਤਾਂ ਅਸੀਂ ਤੁਹਾਨੂੰ ਦਾਣਾ ਪੈਦਾ ਕਰਕੇ ਦੇ ਸਕਦੇ ਹੁਣ MSP ਤੋਂ ਤਾਂ ਭੱਜ ਹੀ ਗਿਆ ਹੁਣ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਐਂ ਕਰ ਦੋ ਤੁਸੀਂ ਆਉਂ ਕਰ ਦੋ ਆਪ ਜਿਹੜਾ ਕਹਿੰਦਾ ਸੀ ਕਿ ਅਸੀਂ ਦਵਾਂਗੇ ਪੰਜਾਬ ਸਰਕਾਰ ਜੇ ਜਿੱਦਣ ਆਮ ਆਦਮੀ ਪਾਰਟੀ ਦੀ ਬਣ ਗਈ ਇਹ ਤਾਂ ਸਾਰੇ ਮੁੱਕਰ ਗਏ ਜੀ ਤੇ ਕਿਸਾਨਾਂ ਨੂੰ ਮਰਾਉਣ ਦਾ ਸੌਦਾ ਨਹੀਂ ਤੇ ਕੀ ਆ ਬੀਬੀ ਦੀ ਤਾਂ ਸੁਣਾ ਦੇ ਬੀਬੀ ਦਾ ਬਾ ਕਮਾਲ ਆ ਨਾ ਉਹਨਾਂ ਦਾ ਕਲ ਸਾਹਿਬ ਕਹਿੰਦੇ ਆ ਖਜ਼ਾਨਾ ਖਾਲੀ ਆ ਮੈਂ MSP ਨਹੀਂ ਦੇ ਸਕਦਾ ਤਾਂ ਅਸਤੀਫਾ ਦਿਓ ਅਸਤੀਫਾ ਦਿਓ ਬੀਬੀ ਜੀ ਸਾਡੀ ਵੀ ਮੰਗ ਇਹੀ ਆ ਸ਼ਾਮ ਨੂੰ ਅਸਤੀਫਾ ਦਿਓ ਘੰਟੇ ਬਾਅਦ ਸਾਨੂੰ ਜ਼ਿੰਮੇਵਾਰੀ ਬਹੁਮਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਪਰ ਜ਼ਮੀਨ ਵਿੱਚ ਕੱਲੀ ਕੱਲੀ ਫਸਲ ਉੱਤੇ MSP ਦੇਵਾਂਗੇ ਦਿੱਲੀ ਦੇ ਵਿੱਚ ਸਵਾਮੀ ਨਾਥਨ ਬਿੱਲ ਲਾਗੂ ਹੈ ਦਿੱਲੀ ਦੇ ਵਿੱਚ ਬਾਈ ਜੀ ਸਵਾਮੀ ਨਾਥਨ ਬਿੱਲ ਲਾਗੂ ਹੈ ਜਿੰਨਾ ਪੈਸਾ ਮੋਦੀ ਸਰਕਾਰ ਦੇ ਰਹੀ ਆ ਉਹ ਇੱਥੇ 1800 ਨੂੰ ਕਣਕਾਂ ਉੱਥੇ 2600 ਪਲੱਸ ਨੂੰ ਕਣਕਾਂ ਤੇ ਫਸਲਾਂ ਨੇ ਦਿੱਲੀ ਦੇ ਵਿੱਚ ਵੀ ਸਾਰੀਆਂ ਫਸਲਾਂ ਉੱਤੇ ਹਰ ਇੱਕ ਫਸਲ ਤੇ ਕੱਲੀ MSP ਨਹੀਂ ਦਿੰਦੇ MSP ਤਾਂ ਕੇਂਦਰ ਨੇ ਰੱਖੀ ਹੋਈ ਆ ਉਹ ਪਲੱਸ ਕਰਕੇ ਦਿੰਦੇ ਨੇ ਪਲੱਸ ਕਰਕੇ ਦੱਸੋ ਜੇ ਆਹੀ ਬੀਬੀ ਵਾਲੀ ਭਾਵਨਾ ਵਿਅਕਤ ਕਰਦੀ ਹੈ ਤੇ ਇਹਨਾਂ ਦੇ ਪਰਚਾ ਦੇ ਦਿਓ ਇਹਨੂੰ ਸਿੱਟ ਸੱਦ ਲਵੇ ਤੇ ਬੀਬੀ ਜੋ ਮਰਜ਼ੀ ਬੋਲੀ ਜਾਵੇ ਉਹ ਸਭ ਮਾਫ ਆ ਹੋਰ ਸੁਣ ਲਓ ਮੈਂ ਤਾਂ ਇਹਨਾਂ ਦੀ ਸੁਣ ਸੁਣ ਕੇ ਹੈਰਾਨ ਹੁੰਦਾ ਕਿ ਵਿਖਾਵਾ ਕਿਹੜੀ ਸਾਰੀ ਦਿਹਾੜੀ ਲਾਉਣੀ ਪੈ ਜਾਣੀ ਤੁਹਾਡੇ ਨਾਲ ਇੰਨੀ ਗਰੰਟੀ ਦੇ ਪੰਜਾਬ ਵਿੱਚ MSP ਦੇਣਗੇ ਕਿ ਹਾਂ ਜੇ ਤੁਹਾਡੀ ਕੋਈ ਪ੍ਰਾਈਵੇਟ ਅਦਾਰਾ ਜਾਂ ਕੋਈ ਨਹੀਂ ਚੱਕਦਾ ਤਾਂ ਤੁਹਾਡੀਆਂ ਫਸਲਾਂ ਮੈਂ ਚੱਕੂਗਾ ਜੇ ਉਹ MSP ਨਹੀਂ ਦੇ ਸਕਦਾ ਦੇ ਉਹ ਕਹਿੰਦੇ ਸਾਡੇ ਖਜ਼ਾਨੇ ਖਾਲੀ ਹੈ
ਜੇ ਉਹ ਕਹਿੰਦੇ ਆ ਵੀ ਮੈਂ MSP ਨਹੀਂ ਦੇ ਸਕਦਾ ਤੇ ਆਪਣੀ ਸਰਕਾਰ ਅੱਜ ਛੱਡੋ, ਸਾਨੂੰ ਬਹੁਮਤ ਨਾਲ ਸਾਨੂੰ ਸਰਕਾਰ ਦਿਓ, ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਫਸਲਾਂ ਤੇ MSP 92 MLA ਨੇ ਪੰਜਾਬ ਦੀਆਂ 23 ਫਸਲਾਂ ਤੇ MSP ਪਿਛਲੀ 40 ਸਾਲਾਂ ਦੀ ਇਹਨਾਂ ਨੇ MSP ਨਹੀਂ ਦਿੱਤੀ, ਉੱਥੇ ਵਨਸਪਤੀ ਤੇ ਵੀ ਦੇਣਗੇ ਹੁਣ। ਜਾਂ ਤਾਂ ਇਹ ਬੀਬੀ ਵਜ਼ੀਰ ਰਵੇ ਜਾਂ ਇਹਨੂੰ ਮਾੜੀ ਮੋਟੀ ਸ਼ਰਮ ਤਾਂ ਇਹੀ ਅਸਤੀਫਾ ਦੇਵੇ ਕਿਸਾਨਾਂ ਦੇ ਹੱਕ ਚ, ਕਿਉਂਕਿ ਭਗਵੰਤ ਤਾਂ ਟਾਊਟ ਹੈ, ਬੇਸ਼ਰਮ ਹੈ, ਉਹ ਤੋਂ ਨੀ ਮੈਂ ਆਸ ਰੱਖਦਾ। ਬੀਬੀ ਜੀ ਤਾਂ ਅਸੂਲਣ ਨੇ, ਇਹ ਤਾਂ ਅਸੂਲਾਂ ਦੇ ਪੱਕੇ ਨੇ, ਜ਼ਬਾਨ ਦੇ ਪੱਕੇ ਨੇ, ਵਹਿਦੇ ਦੇ ਪੱਕੇ ਨੇ, ਤੇ ਇੱਕ ਦਿਖਾਓ ਭਾਈ। ਔਰ ਵੇਖੋ ਕਮਾਲ ਦੀ ਗੱਲ ਹੈ, ਕੱਲ ਵੀਡੀਓ ਪਲੀਜ਼ ਸੁਣਿਓ ਇੱਕ ਵਾਰੀ, ਮੈਂ ਉਹ ਸੁਣਾ ਨਹੀਂ ਸਕਦਾ। ਉਹਦੇ 'ਚ ਕਹਿੰਦਾ ਮੈਂ 3 ਡਾਕਟਰਾਂ ਦੀ ਡਿਊਟੀ ਲਾਤੀ ਆ, ਰਜਿੰਦਰਾ ਹਸਪੀਟਲ, ਆਪਣਾ ਰਾਜਪੁਰਾ ਤੇ ਖਨੌਰੀ। ਕਿੰਨਾ ਡਾਕਟਰਾਂ ਦੀ? ਇੱਕ ਡਾਕਟਰ ਬਲਬੀਰ ਦੀ, ਜਿਹੜਾ ਹੈਲਥ ਮਿਨਿਸਟਰ ਹੈ, ਕਹਿੰਦਾ ਉਹ ਅੱਖਾਂ ਦਾ ਡਾਕਟਰ ਹੈ। ਮਤਲਬ ਕਹਿੰਦਾ ਅੱਖਾਂ ਉਹ ਕੱਢਣਗੇ ਹਰਿਆਣੇ ਵਾਲੇ, ਤੇ ਅਸੀਂ ਬਾਅਦ ਚ ਤੁਹਾਡੀ ਮੱਲਮ ਪੱਟੀ ਕਰਾਂਗੇ। ਇੱਕ ਕਹਿੰਦਾ ਡਾਕਟਰ ਲਾਈ ਆ ਡਿਊਟੀ ਆਪਣਾ ਬਲਜੀਤ ਕੌਰ ਹੋਰਾਂ ਦੀ, ਇੱਕ ਡਾਕਟਰ ਚਰਨਜੀਤ ਚੰਨੀ ਦੀ। ਮਤਲਬ ਖਬਰ ਤਾਂ ਇਹਨੂੰ ਪੂਰੀ ਆ ਕਿ ਉੱਥੋਂ ਗੋਲੀਆਂ ਚੱਲਣਗੀਆਂ, ਰਬਰ ਬੁਲਟ ਚੱਲਣੀਆਂ ਨੇ, ਲੋਕਾਂ ਦੀ ਅੱਖਾਂ ਨਿਗਾਹ ਜਾਣੀ ਹੈ, ਤੇ ਮੈਂ ਇਹਨਾਂ ਦੀ ਤਦੇ ਡਿਊਟੀ ਲਾਤੀ। ਕਿ ਭਾਈ ਮੈਂ ਕਹਿੰਦਾ ਭਾਈ ਤੂੰ ਆਪਦੀਆਂ ਹੀ ਅੱਖਾਂ ਠੀਕ ਕਰਾ ਲਾ ਤੇ ਕੰਨ ਠੀਕ ਕਰਾ ਲਾ ਇਹਨਾਂ ਡਾਕਟਰਾਂ ਤੋਂ, ਤੈਨੂੰ ਸੁਣ ਜੇ ਕੀ ਹੋ ਕੀ ਰਿਹਾ ਉੱਥੇ। ਨਾ ਤੈਨੂੰ ਗੋਲਾ ਡਿੱਗਦਾ ਸੁਣਦਾ, ਨਾ ਬੁਲਟ ਡਿੱਗਦੀਆਂ ਉੱਥੇ, ਜਿਹੜੀਆਂ ਬੁਲਟ ਉਹ ਮਾਰ ਰਹੇ ਆ ਰਬੜ ਬੁਲਟਾਂ ਉਹ ਤੈਨੂੰ ਦਿਖਦੀਆਂ ਨੇ, ਤੇ ਉੱਥੇ ਇਲਾਜ ਤਾਂ ਬਾਅਦ ਚ ਹੁੰਦਾ ਰੂ, ਪਹਿਲਾਂ ਇਹਦਾ ਇਲਾਜ ਕਰ ਦਿਓ ਟਾਊਟ ਦਾ।